ਪਲੇਟਾਂ ਵਗੈਰਾ? ਹਾਂਜੀ ਹਾਂਜੀ, 6 ਛੋਟੀਆਂ ਤੇ 12 ਵੱਡੀਆਂ। ਆ ਸ਼ਾਂ ਸ਼ਾਂ ਜਿਹੜੀ ਹੁੰਦੀ ਮੇਰੇ ਕੰਨਾਂ ਨੂੰ ਤਕਲੀਫ ਹੁੰਦੀ। ਤੈਨੂੰ ਬਿਮਾਰੀ ਆ, ਰੈਸਟ ਕਰ ਲੈਣੀ ਸੀ। ਤੁਸੀਂ ਦਵਾਈ ਖਾਓ, ਸੋਵੋ 4-5 ਘੰਟੇ, ਰੈਸਟ ਕਰਕੇ ਬੱਚੇ ਭੁੱਖੇ ਮਾਰ ਲਵਾਂ। ਇਹਦਾ 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 ਅੱਡੀ ਦੀ ਦੁਕਾਨ ਦਾ ਮੈਂ ਲਿਆ ਜੀ ਖੋਤਾ, ਗਦਾ 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 ਲਿਆ। ਨਹੀਂ ਆਪਾਂ ਰੈਂਟ ਤੇ ਦੇ ਦਿਆਂਗੇ, ਰੈਂਟ ਤੇ ਦੇ ਦਿਆਂਗੇ। 2 ਮਰਲੇ ਦਾ ਖੋਤਾ ਦਾ ਤੇ ਉਹਦੀ ਟ੍ਰਿਪਲ ਸਟੋਰੀ ਬਣਾਈ ਆ, ਵੀ ਕਿਰਾਏ ਤੇ ਦੇਣਾਗਾ। ਆਪਣੀ ਦੁਕਾਨ? ਨਹੀਂ ਨਹੀਂ, ਆ ਨਾਲ ਦੇ ਆਂਦੀ ਆ, ਮੈਂ ਉਹਨਾਂ ਕੋਲੇ ਝਾੜੂ ਫੇਰਦਾ ਏ। ਤੇ ਫੇਰ ਕੇ ਜਾਓ ਤੁਸੀਂ। ਆ ਲੋ ਚੱਲੇ, ਬਦਤਮੀਜ਼ੀ ਨਾ ਕਰਨਾ। ਓਏ ਕੀਤੀ ਆ ਤੇਨਾਂ ਬਾਬੂ, ਚੱਲ ਬਦਤਮੀਜ਼ੀ ਨਾ ਕਰੀ, ਚੱਲ ਸਾਹ ਲੈਂਦਰੋ ਫੜ ਉਥੋਂ ਕੋ ਡੰਡਾ। ਮੈਨੂੰ ਦੱਸ ਵੀ ਦੇ, ਮੈਨੂੰ ਇਸ ਇੱਕ ਗੱਲ ਤਾਂ ਦੱਸੋ ਜੀ, ਅਗਰ ਕੋਈ ਚੀਜ਼ ਰਹਿ ਜਾਂਦੀ ਆ ਨਾ ਮੇਰੇ ਤੋਂ ਬਾਅਦ, ਚੈੱਕ ਕਰ ਲਿਆ ਕਰ, ਉਹ ਮੈਨੂੰ ਲਿਖਾ ਦਿਆ ਕਰ। ਇਸ ਕੰਮ ਦੇ ਤੁਸੀਂ ਪੈਸੇ ਲੈਣੇ ਹੁੰਦੇ, ਸਮਝੇ ਕਿ ਨਹੀਂ? ਅਸਲਾਮ ਵਾਲੇਕੁਮ। ਵਾਲੇਕੁਮ ਬਿਸਮਿਲ੍ਲਾ ਜੀ, ਕੀ ਹਾਲ ਚਾਲ ਭਾਜੀ? ਮੈਂ ਕਿਹਾ ਭਾਈ ਪਲੇਟਾਂ ਹੈ ਜੀ, ਪਲੇਟਾਂ ਵਗੈਰਾ? ਹਾਂਜੀ ਹਾਂਜੀ, 6 ਛੋਟੀਆਂ ਤੇ 12 ਵੱਡੀਆਂ, ਤੇ ਨਾਲ ਇੱਕ ਗਲਾਸ ਨਾਲ ਜੱਗ ਕਰ ਦਿਓ, ਤੇ ਇੱਕ ਗਲਾਸ ਹੀ ਕਰ ਦਿਓ ਨਾਲ ਹੀ, ਬਸ ਉੱਥੇ ਚਾਹੀਦੀਆਂ। ਮਹਿੰਦੀ ਆ ਆਪਣੇ, ਇਹ ਉਹ ਪਲੇਟਾਂ ਨਹੀਂ ਪਾਏ ਨੇ, ਇਹ ਨੰਬਰ ਪਲੇਟਾਂ ਲਾਈ ਦੀਆਂ ਪਾਏ। ਮੋਟਰਸਾਈਕਲ ਨੂੰ ਇੱਥੇ ਨੰਬਰ ਲੱਗਦੇ ਆ, ਕਾਰਾਂ ਨੂੰ ਲੱਗਦੇ ਆ। ਅੱਛਾ, ਨੰਬਰ ਲਾਉਂਦੇ ਹੋ ਜੀ? ਆ ਜਿਹੜੇ ਕੁਰਾਨ ਦਾਸੀ ਤੇ ਲੱਗਦੇ ਬੰਦੇ ਦੇ, ਦੁਆ ਕਰੋ ਭਾਜੀ ਨੰਬਰ ਲੱਗ ਜੇ ਕਸਮ, ਬੜੇ ਹਾਲਾਤ ਖਰਾਬ ਆ। ਨੰਬਰ 1 ਵੀ ਲੱਗ ਜੇ ਤੇ ਬੰਦਾ ਕਿੱਥੇ ਦਾ ਕਿੱਥੇ ਪਹੁੰਚ ਜਾਂਦਾ। ਕਈ ਲਾਓ, 1 ਨੰਬਰ ਲਿਖ ਦਿਓ। ਗਰੀਬ ਆ ਕਿਉਂ ਜੀ? ਪਹਿਲੀ ਤੇ ਪਹਿਲੀ ਨੰਬਰ ਲੈ ਲਓ, ਪਹਿਲੀ ਤੇ ਪਹਿਲੀ। ਇਹ ਉਹ ਨੰਬਰ ਨਹੀਂ ਹੈਗੇ, ਨੰਬਰ ਪਲੇਟਾਂ ਵਾ, ਜਿਹਨੂੰ ਦੇਖ ਕੇ ਵਾਰਡਨ ਵਾਲਾ ਕਹਿੰਦਾ ਜਾਓ, ਵਾਰਡਨ ਵਾਲਾ ਕਹਿੰਦਾ ਜਾਓ ਜਾਓ। ਨੰਬਰ ਪਲੇਟਾਂ ਉਹ ਬਣਾਉਂਦੇ ਤੁਸੀਂ? ਅਸੀਂ ਉਹ ਨੰਬਰ ਪਲੇਟਾਂ ਦੇ ਨੰਬਰ ਲਾਉਂਦੇ ਆ, ਤੇ ਉਹ ਜਿਹੜਾ ਨੰਬਰ ਹੈ ਨਾ ਇਧਰ ਮੇਰੇ ਨਾਲ ਕਾਲ ਕਰਨੀ। ਹਾਂਜੀ, ਮੇਰੇ ਨਾਲ ਮੇਰੇ ਨਾਲ ਗੁਫ਼ਤਗੂ ਸ਼ੁਰੂ ਕੀਤੀ ਆ। ਇਹ ਉਹ ਨੰਬਰ ਨਹੀਂ ਹੈਗੇ ਇਧਰ ਮੇਰੇ ਨਾਲ ਗੱਲ, ਮੈਂ ਤੁਹਾਡੇ ਨਾਲ ਗੱਲ ਕੀਤੀ, ਤੁਸੀਂ ਮੈਨੂੰ ਕਿਹਾ ਨੰਬਰ ਲਾਓ। ਇਹ ਅਸੀਂ ਨੰਬਰ ਪਲੇਟਾਂ ਲਾਉਂਦੇ ਆ ਮੋਟਰਸਾਈਕਲਾਂ ਨੂੰ। ਅੱਛਾ, ਮੋਟਰਸਾਈਕਲਾਂ ਨੂੰ, ਕਾਰਾਂ ਨੂੰ, ਹੀਨੋ ਨੂੰ, ਹੀਨੋ ਨੂੰ, ਪ੍ਰਾਡੋ ਨੂੰ, ਪ੍ਰਾਡੋ, ਲੈਮੋਜ਼ੀਨ, ਲੈਮੋਜ਼ੀਨ ਜੀ। ਵੱਡੀਆਂ ਬੰਦ ਕਰ ਲਾ ਸ਼ਾਨ, ਗੁਫ਼ਤਗੂ ਹੋ ਰਹੀ ਆ। ਲਾ ਲਓ, ਲੱਗਦਾ ਅੰਦਰ ਸੁੱਤੇ ਹੋ ਤੁਸੀਂ, ਆ ਲਾ ਲਓ, ਪਤਾ ਨਹੀਂ ਲੱਗ ਰਿਹਾ ਨਾ ਤੁਹਾਡਾ ਕਿ। ਭਾਜੀ ਇੱਕ ਮਿੰਟ ਬੰਦ ਕਰਨਾ ਕਾਰੀਗਰ ਸਾਹਿਬ, ਇਹ ਤਰ੍ਹਾਂ ਇਹਨੂੰ ਬੰਦ ਕਰਨਾ। ਅੱਛਾ ਜੀ, ਉਹ ਮੇਰੇ ਕੋਲੇ ਕੰਮ ਕਰਦਾ ਉਹ ਭਾਜੀ, ਆ ਸ਼ਾਨ ਸ਼ਾਨ ਹੁੰਦੇ ਹੀ ਹੈ ਨਾ, ਤੇ ਅੱਛਾ ਨਹੀਂ ਲੱਗਦਾ ਮੈਨੂੰ, ਟੈਨਸ਼ਨ ਹੁੰਦੀ ਹੈ। ਸ਼ਾਨ ਬੇਟਾ, ਸ਼ਾਨ ਬੇਟਾ ਬੰਦ ਕਰ ਲਾ ਸ਼ਾਨ, ਬਗੈਰ ਫਿਲਮਾਂ ਤੋਂ ਹੀ ਸ਼ਾਨ। ਉਹ ਭਾਈ ਬੰਦ ਕਰ ਲਾ ਫਿਰ ਯਾਰ, ਇਹਨੂੰ ਬੰਦ ਕਰਾ ਯਾਰ। ਤੇਰੀਆਂ ਜੂਆਂ ਦੇਖਣ ਦੇ ਆਹੋ, ਤੈਨੂੰ ਇਸ ਗੱਲ ਨਾਲ ਕਾਹਦਾ ਦੁੱਖ ਲੱਗਣ ਦੇ, ਤੈਨੂੰ ਕੰਮ ਵੀ ਅਸੀਂ ਕਰਨਾ ਕਿਉਂ? ਆ ਸ਼ਾਂ ਸ਼ਾਂ ਜਿਹੜੀ ਹੁੰਦੀ ਮੇਰੇ ਕੰਨਾਂ ਨੂੰ ਤਕਲੀਫ ਹੁੰਦੀ। ਤੈਨੂੰ ਬਿਮਾਰੀ ਆ, ਇੱਥੇ ਗੱਲ ਉਹਨੂੰ ਸ਼ਾਨ, ਮੇਰਾ ਬੇਟਾ ਵਾ, ਉਹਨੂੰ ਕੰਮ ਕਰਨ ਦੇ। ਸ਼ਾਨ ਤੁਹਾਡਾ ਬੇਟਾ? ਹਾਂਜੀ, ਅੱਲਾ ਦੀ ਸ਼ਾਨ ਆ। ਨਹੀਂ ਸ਼ਾਨ ਆ, ਉਹ ਤੋਂ ਵੱਡੀ ਤਾਂ ਸ਼ਾਨ ਹੀ ਕਿਸੇ ਦੀ। ਤਬੀਅਤ ਤੁਹਾਡੀ ਠੀਕ ਨਹੀਂ ਲੱਗਦੀ? ਬਸ ਭੈਣ ਤਬੀਅਤ ਠੀਕ ਨਹੀਂ ਹੈ। ਕੀ ਆ? ਪਰਸੋਂ ਨਾ ਬੁਖਾਰ ਜਿਹਾ ਹੋ ਗਿਆ ਮਾੜਾ ਜਿਹਾ। ਕੂੜਾ,
ਮੈਂ ਕਿਹਾ ਵੀ ਚੱਕ ਭਾਈ ਮੈਂ ਕਿਹਾ ਚਾਹ ਪਈ ਹੈ ਚਲੋ ਬੰਦਾ ਪਈ ਦੀ ਅਸੀਂ ਬਾਹਰ ਕੇ ਰੱਖੀ ਹੋਈ ਆ ਵੀ ਤੂੰ ਮਿੰਟ ਚ ਐ ਕਰਕੇ ਚੱਕ ਲਈ ਅੱਛਾ ਮੁਕਲਾ ਮਿਹਰਬਾਨੀ ਚਲੋ ਤੁਸੀਂ ਸਾਡੇ ਕਸਟਮਰ ਬੰਦਾ ਕਸਟਮਰ ਆਂਦਾ ਵਾ ਤੇ ਫਿਰ ਅੱਛਾ ਨਹੀਂ ਲੱਗਦਾ ਕਿ ਚਲੋ ਬੰਦਾ ਅੱਛਾ ਸਰ ਅਸੀਂ ਨਾ ਉਹ ਨੰਬਰ ਨਹੀਂ ਲਾਉਂਦੇ ਜਿਹਦੇ ਨਾਲ ਹੱਥ ਕੜੀ ਲੱਗ ਜਾਂਦੀ ਅੱਛਾ ਅਸੀਂ ਉਹ ਨੰਬਰ ਲਾਉਂਦੇ ਆ ਜਿਹਦੇ ਨਾਲ ਇੰਜ ਕਰਕੇ ਤੁਸੀਂ ਗੱਡੀ ਕੱਢੀ ਅਗਲਾ ਕਹਿੰਦਾ ਜਾਓ ਸਰ ਜੋ ਵਾਰਡਨ ਵਾਲਾ ਨਹੀਂ ਰੋਕਦਾ ਤੁਹਾਨੂੰ ਇਸ਼ਾਰੇ ਤੇ ਨਹੀਂ ਰੋਕੇ ਅੱਛੀ ਗੱਲ ਹਾਂ ਤੁਹਾਡੀ ਤਬੀਅਤ ਮੈਨੂੰ ਖਰਾਬ ਲੱਗ ਰਹੀ ਥੋੜੀ ਢਿੱਲੀ ਮੱਠੀ ਹੈ ਬਸ ਬਾਹਰ ਨਾ ਹੋ ਜਾਂਦਾ ਵਾ ਜਗਰਾਤਾ ਫਿਰ ਸਫਰ ਦੇ ਵਿੱਚ ਮਾਲ ਲਿਆਉਣਾ ਮਾਲ ਨੂੰ ਪਹੁੰਚਾਉਣਾ ਉਹਦੇ ਪੈਸੇ ਦੇਣੇ ਮੰਡੀ ਮੰਡੀ ਜਾਂਦੇ ਸਵੇਰੇ ਮੰਡੀ ਕੀ ਗੱਲ ਆ ਨਹੀਂ ਆਪੇ ਕਰੇ ਮਾਲ ਮੰਡੀ ਦਾ ਗੋਭੀ ਲਾਈ ਆ ਇੱਥੇ ਮਾਲ ਲੈ ਕੇ ਜਾਣਾ ਮਾਲ ਪਹੁੰਚਾਉਣਾ ਲਿਆਉਣਾ ਸਿੰਪਲ ਜਿਹਾ ਕੰਮ ਨੰਬਰ ਪਲੇਟਾਂ ਦਾ ਬੰਦਾ ਈਜੀ ਈਜੀ ਕਰੀ ਜਾਂਦਾ ਮਾਲ ਉਹਦੇ ਵਿੱਚ ਵੀ ਮਟੀਰੀਅਲ ਆਉਂਦਾ ਦੁਕਾਨ ਦਾ ਮੈਨੂੰ ਪਤਾ ਕਿੰਨੇ ਦੀ ਆਈ ਜਾਂ ਮੈਂ ਇੱਥੇ ਕਿੰਨਾ ਇਨਵੈਸਟ ਕੀਤੀ ਹੈ ਤੈਨੂੰ ਕਿ ਤੂੰ ਇੰਨੀ ਕੁ ਕਹਿਤਾ ਤੁਸੀਂ ਕੀਤੀ ਮੈਂ ਕੀਤੀ ਆ ਭਾ ਮੈਂ ਕੀ ਇਨਵੈਸਟਮੈਂਟ ਹਾਂ ਯਾਰ ਇਹਨੂੰ ਸ਼ਾਨ ਸ਼ਾਨ ਉਤੇ ਬੰਦ ਕਰਾ ਲਾ ਯਾਰ ਸ਼ਾਨ ਇਹਨੂੰ ਸ਼ਾਂਤੀ ਚ ਰਹਿਣ ਸ਼ਾਨ ਇਹਨੂੰ ਸੌਦ ਕਰ ਲਾ ਸ਼ਾਨ ਇਹ ਸ਼ੂ ਸ਼ਾਨ ਨੂੰ ਨਾ ਮੁਮਰ ਰਾਣਾ ਕਰ ਲਾ ਨੰਬਰ ਲਪੇਟ ਕਿਹੜੀ ਲੋ ਨੰਬਰ ਭਾਜੀ ਇਸ ਤਰ੍ਹਾਂ ਕਿ ਮੈਂ ਨਾ ਮੈਂ ਉਹ ਚੇਤੇ ਕਰ ਲਾ ਉਹ ਤੇ ਬਾਹਰ ਚੱਲ ਜਾ ਦੋ ਮਿੰਟ ਫਿਰ ਆ ਉੱਤੇ ਜਾ ਮੇਰੇ ਆ ਜਾ ਇਹਦੀ ਪਹਿਲਾਂ ਸਿਪ ਲਾ ਲਾ ਰੋਜਾ ਖੋਲੇ ਆ ਇਹ ਹੀ ਨਹੀਂ ਤੈਨੂੰ ਪਤਾ ਵੀ ਤੂੰ ਕਰਨ ਕੀ ਆਇਆ ਨੰਬਰ ਪਲੇਟ ਲਵਾਣੀ ਭਾਜੀ ਨੰਬਰ ਪਲੇਟ ਲਾਉਨੇ ਆ ਅਸੀਂ ਇਸੇ ਕੰਮ ਲਈ ਬੈਠੇ ਆ ਹੋਰ ਅਸੀਂ ਕਿਹੜਾ ਵੈਸਾ ਵੇ ਮੈਂ ਨਾ ਬੜੇ ਅਰਸੇ ਬਾਅਦ ਲਿਆ ਬੜਾ ਬੜੀ ਖੁਆਇਸ਼ ਸੀ ਮੈਨੂੰ ਮੈਂ ਕਿਹਾ ਯਾਰ ਅੱਛੀ ਗੱਲ ਕਮੇਟੀ ਪਾਈ ਫਿਰ ਉਹ ਕਮੇਟੀ 2 ਸਾਲ ਚੱਲੀ ਅੱਛਾ ਅੱਛਾ ਫਿਰ ਕਮੇਟੀ ਨਿਕਲੀ ਘਰਦਿਆਂ ਨੇ ਕਿਹਾ ਜੀ ਕੋਈ ਹੋਰ ਕੰਮ ਕਰ ਲਓ ਮੈਂ ਕਿਹਾ ਨਹੀਂ ਜੀ ਨਹੀਂ ਜਿਹੜੀ ਮੇਰੀ ਖੁਆਇਸ਼ ਸੀ ਮੈਂ ਉਹ ਬੜੀ ਅੱਛੀ ਗੱਲ ਹਾਂਜੀ ਬੜੀ ਅੱਛੀ ਗੱਲ ਇਹ ਲਿਆ ਕੀ ਮੈਂ ਲਿਆ ਜੀ ਖੋਤਾ ਗਧਾ 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 ਲਿਆ ਨੌ ਗਧਾ ਹਾਂ ਖੋਤਾ ਮੈਂ ਨਾਮ ਕਰਾਇਆ ਵਾ ਨੰਬਰ ਪਲੇਟ ਉਹਦੀ ਤੁਸੀਂ ਬਣਾਣੀ ਖੋਤੇ ਦੀ ਬੜੇ ਸ਼ੌਕ ਨਾਲ ਤੁਸੀਂ ਆ ਜਿਹੜੀ ਲੋਕੀ ਯਾਮਾ ਲੈਂਦੇ ਆ 70 ਲੈਂਦੇ ਆ ਹਾਂਜੀ ਹਾਂਜੀ ਪ੍ਰਾਡੋ ਲੈਂਦੇ ਆ ਉਹਨੂੰ ਨੰਬਰ ਲਵਾਉਂਦੇ ਆ ਦੇਖ ਤੇਰਾ ਕੈਸਾ ਇਸ਼ਤਿਆਕ ਆ ਕੀ ਤੇਰੇ ਅੰਦਰ ਉੱਠਿਆ ਵਾ ਵੀ ਤੂੰ ਖੋਪੂਸ਼ ਦੀ ਜਗ੍ਹਾ ਨੰਬਰ ਲਵਾਉਣਾ ਦੇਖ ਕੈਸੀ ਗਾ ਭਾਜੀ ਮੈਂ ਕਹਿੰਦਾ ਕਿ ਵੀ ਨੰਬਰ ਲੱਗਾ ਹੋਏਗਾ ਨਾ ਤੇ ਪ੍ਰੋਬਲਮ ਨਹੀਂ ਹੋਏਗੀ ਸਾਨੂੰ ਨਾ ਹਲੇ ਤੇ ਟਾਈਮ ਨਾਲ ਆਊਗੀ ਯਾਨੀ ਨਾ ਰੇੜੀ ਵੀ ਲੈਣੀ ਨਾ ਫਿਰ ਪਿੱਛੇ ਖੋਤਾ ਰੇੜੀ ਜਦੋਂ ਮੁਕੰਮਲ ਹੋ ਜਾਏਗੀ ਫਿਰ ਮਜ਼ਦੂਰੀ ਸ਼ੁਰੂ ਤੇਰੀ ਨਹੀਂ ਆਪਾਂ ਰੈਂਟ ਤੇ ਦੇ ਦੇਵਾਂਗੇ ਰੈਂਟ ਤੇ ਦੇ ਦੇਵਾਂਗੇ ਦੋ ਮਰਲੇ ਦਾ ਖੋਤਾ ਦਾ ਤੇ ਉਹਦੀ ਟ੍ਰਿਪਲ ਸਟੋਰੀ ਬਣਾਈ ਆ ਵੀ ਕਿਰਾਏ ਤੇ ਦੇਣਾਗਾ ਹੈ ਤੁਸੀਂ ਨੰਬਰ ਪਲੇਟ ਬਣਾਓ ਗੱਲਾਂ ਕਾਹਦੇ ਲਈ ਕਰੀ ਜਾ ਓਏ ਲਾ ਦੇ ਆ ਬੰਦੇ ਮੈਨੂੰ 40 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ ਸਾਡੇ ਬਾਪ ਦਾਦਾ ਦੀ ਦੁਕਾਨ ਆ ਉਹਨਾਂ ਦੀ ਖੋਤੇ ਨੂੰ ਲਾਇਆ ਨੰਬਰ ਐ ਮੈਂ ਕਹਿ ਰਿਹਾ ਅਜੂਬਾ ਜ਼ਿੰਦਗੀ 'ਚ ਉਹ ਨੰਬਰ ਲਾਓ ਜਿਹੜਾ ਤੁਸੀਂ ਕਦੀ ਜ਼ਿੰਦਗੀ 'ਚ ਕਿਸੇ ਨੂੰ ਲਾ ਕੇ ਨਹੀਂ ਦਿੱਤਾ ਜਿਹੜਾ ਮੇਰੇ ਹੱਥ ਵਾਸ ਨੰਬਰ ਆ ਨਾ ਹਾਂਜੀ ਉਹ ਤੇਰਾ ਉੱਤੇ ਜਾਣ ਦਾ ਮੇਰੇ ਹੱਥੋਂ ਹੀ ਲਿਖੀ ਆ ਉੱਤੇ ਕਿੱਥੇ ਉੱਤੇ ਉੱਤੇ ਤੇ ਛੱਤ ਵੀ ਦੁਕਾਨ ਆਪਣੀ ਛੱਤ ਹੈ ਨਹੀਂ ਹਾਂਜੀ ਉੱਤੇ ਖੋ ਸਾਜੀ ਚਾਹ ਪੀ ਲੈ ਠੰਡੀ ਹੋ ਰਹੀ ਹੈ ਥੈਂਕ ਯੂ ਯਾਰ ਤੂੰ ਵੀ ਪੀਓ ਸ਼ਾਨ ਉਹ ਭਾਈ ਕਿਤੇ ਆ ਸ਼ਾਨ ਕਸਟਮਰ ਆਇਆ ਅਸਾਇਮਾ ਨੂੰ ਚਾਹ ਫੜਾਇਆ ਸ਼ਾਨ ਕੋਈ
ਸ਼ਰੀਕੇ ਚੋਂ ਲੱਗਦੀ ਹੋਵੇ। ਨਹੀਂ ਨਹੀਂ ਸ਼ਾਨ ਤੋਂ ਮੈਂ ਮੁਤਾਸਰ ਹੋ ਰਿਹਾ। ਕੋਈ ਰਿਸ਼ਤੇਦਾਰੀ ਆ ਉਹਦੇ ਨਾਲ? ਅੱਛਾ ਨਾਮ ਆ ਉਹਨੂੰ ਕਿਉਂ ਅਸੀਂ ਜਾ ਕੇ ਲਈਏ ਯਾਰ? ਸ਼ਾਨ ਤੂੰ ਹੀ ਪੁੱਤ ਵੀ ਸ਼ਾਨ ਹੈ ਪੁੱਤ। ਮੈਂ ਕਹਿਣਾ ਚਾਹ ਪੀ ਕੇ ਤੇ ਗਾਣਾ ਕਰ ਲਾ ਉੱਥੇ ਹੋ ਕੇ। ਤੇ ਮੈਂ ਕਹਿਣਾ ਵਾ ਕੀ ਸ਼ਾਨ ਮੇਰੇ ਕੋਲੇ ਕੰਮ ਕਰਦਾ। ਅੱਛਾ ਅੱਛਾ ਤੁਹਾਡਾ ਸ਼ੁਕਰ। ਹਾਂ ਇਹ ਮੈਂ ਕਹਿਣਾ ਤੁਸੀਂ ਚਾਹ ਪੀਓ। ਅੱਛਾ ਵਾ ਪਲ ਪੁਲ ਗਏ ਇਦਾਂ। ਅੱਛਾ ਚਾਹ ਕਿਸੀ ਅੱਛੀ ਜਾਨ ਨੰਬਰ ਪਲੇਟ ਲਵਾਣੀ ਚੌੜੀ ਜਿੱਡਾ ਖੋਤਾ ਵਾ ਨਾ ਓਡੀ ਨੰਬਰ ਪਲੇਟ ਹੋਵੇ। ਤੁਹਾਡਾ ਕਹਿਣ ਦਾ ਮਕਸਦ ਹੈ ਜਿੰਨਾ ਤੁਹਾਡਾ ਦਰਵਾਜ਼ਾ ਖੋਤਾ ਆਸਾਨੀ ਨਾਲ ਅੰਦਰ ਲੱਗੇ ਕਿਉਂਕਿ ਉਹਨੂੰ ਉਹ ਕਿਸੜ ਨਾ ਲੱਗੇ। ਹਾਂ ਉਹਦੀ ਟੈਂਕੀ ਨਾ ਖਰਾਬ ਹੋ। ਹਾਂ ਹਾਂਜੀ ਹਾਂਜੀ ਖੋਤੇ ਸਮਝਦੇ ਤੁਸੀਂ ਲੱਗਦਾ ਪਹਿਲੇ ਵੀ ਤੁਸੀਂ ਖੋਤਿਆਂ ਨੂੰ ਲਾਉਂਦੇ ਰਹੇ ਹੋ ਨੰਬਰ। ਖੋਤਿਆਂ ਨੂੰ ਵੀ ਲਾਉਣਾ ਮੈਂ ਤਾਂ ਜਿਹੜੇ ਖੋਤੇ ਲੈਂਦੇ ਆ ਮੈਂ ਉਹਨੂੰ ਵੀ ਨੰਬਰ ਲਾਉਣ ਨੂੰ ਫਿਰਦਾ। ਕਿੰਨੀ ਉਮਰ ਹੈ ਤੁਹਾਡੀ? ਹਾਂਜੀ ਉਮਰ ਮੇਰੀ ਹੋ ਗਈ ਮਸ਼ਰ 32-33 ਸਾਲ ਹੋ ਗਈ। ਬੜਾ ਸੈਂਸ ਰੱਖਦਾ ਤੂੰ ਚੀਜ਼ ਲੈਣ ਲੱਗਿਆ ਨਾ ਮੈਂ ਤੇਰੇ ਰਾਜ਼ੀ। ਦੇਖਣਾ ਕੈਸੀ ਗੱਲ ਆ ਪਿਓ ਦੀ ਕਮਾਈ ਕਿੱਡੀ ਅੱਛੀ ਜਗ੍ਹਾ ਤੇ ਲਾ ਰਿਹਾ ਵੱਡੀਆਂ ਗੱਡੀਆਂ ਕੋਈ ਲੈਂਦਾ ਵਾ। ਤੁਸੀਂ ਕਦੀ ਗਧੇ ਦਾ ਨੰਬਰ ਲਾਇਆ ਨਹੀਂ? ਤੁਸੀਂ ਆਏ ਨਹੀਂ। ਹਾਂਜੀ ਤੁਸੀਂ ਆਏ ਨਹੀਂ ਮੈਂ ਤੁਹਾਨੂੰ ਨੰਬਰ ਕੀ ਲਾ ਦਵਾਂ? ਮੈਨੂੰ ਨਹੀਂ ਲਾਉਣਾ ਤੇਰੇ ਅੱਬੇ ਦੀ ਬੈਲ ਨਹੀਂ ਇਹ ਮੋਟਰਸਾਈਕਲ ਦੀ ਟੀ ਟੀ ਕਰਨੀ ਹੈ। ਆਪਣੀ ਦੁਕਾਨ? ਨਹੀਂ ਨਹੀਂ ਆ ਨਾਲ ਦੇ ਆਂਦੀ ਆ ਮੈਂ ਉਹਨਾਂ ਕੋਲੇ ਝਾੜੂ ਫੇਰਦਾ ਹੈ ਤੇ ਫੇਰ ਕੇ ਜਾਓ ਤੁਸੀਂ। ਆ ਲੋ ਇਹ ਮੇਰੀ ਬਕਲਮ ਖੁਦ ਆਪਣੀ ਦੁਕਾਨ ਆ ਮੇਰੀ ਨਮੈਸਟ ਆ ਕੋਈ 12-14 ਲੱਖ ਰੁਪਏ ਦੀ। ਕੀ ਹੈ ਤੁਹਾਡੀ ਨਮੈਸਟ? ਇਹ ਤਾਂ ਹੱਸਦਾ ਤੂੰ ਆ ਮੇਰੀ ਗੱਲ ਤੇ ਯਾਰ ਤਾਂ ਨਮੈਸਟ ਕਿੰਨੀ ਕੀਤੀ ਤੁਸੀਂ ਇੱਥੇ? ਕਿੰਨੀ ਨਮੈਸਟ ਕੀਤੀ ਤੁਸੀਂ ਇੱਥੇ? ਮੈਂ 12-14 ਲੱਖ ਨਮੈਸਟ ਕੀਤੀ। ਨਮੈਸਟ? ਹਾਂ ਚਲੋ ਨੰਬਰ ਲਿਖੋ ਫਿਰ। ਲਿਖਾਓ 34-66 34-66 34 34 ਲਿਖਣਾ ਆਉਂਦਾ? 66-66 2-96 99-99 87-87 ਹਲਕਾ ਨੰਬਰ ਲਿਖਾ ਰਹੇ ਹੋ? ਐਡਾ ਤਾਂ ਨੰਬਰ ਹੁੰਦਾ ਹੀ ਨਹੀਂ ਭਾਜੀ। ਖੋਤੇ ਦਾ ਵੱਡਾ ਹੀ ਨੰਬਰ ਹੋਏਗਾ ਨਾ। ਉਹਦਾ ਸੂਟ ਬਣਾ ਦਈਏ ਨੰਬਰ ਦਾ ਹੁਣ? ਨਹੀਂ ਉਹ ਵੱਡਾ ਜੋ ਉਹ ਵੱਡਾ ਹੁੰਦਾ ਉਹਦਾ ਸੂਟ ਬਣਾ ਦਿੰਦੇ ਕਲਰ ਰੱਖ ਦਿੰਦੇ ਤੀਰਾ ਲਾ ਦਿੰਦੇ ਖੋਤੇ ਤੇ। ਯਾਰ ਤੂੰ ਪਾਗਲ ਸਾਨੂੰ ਸ਼ਦਾਈ ਸਮਝਿਆ ਵਾ? ਮੈਨੂੰ ਦੱਸ। ਨਹੀਂ ਐਸੀ ਗੱਲ ਰੱਖਦਾ ਤੇਰੇ ਘੁੱਟ ਬਾਰੇ ਨਹੀਂ ਹੈਗੀ ਤੈਨੂੰ ਤੈਨੂੰ ਹਯਾ ਸ਼ਰਮ ਹੀ ਨਹੀਂ ਹੈਗਾ। ਡੰਡਾ ਮੈਂ ਤੇਰੇ ਨਾਲ ਕਦੀ ਪਿਆਰ ਕੀਤਾ ਹੋਵੇ ਤੇਰੀ ਤਨਖਾਹ ਨਾ ਟਾਈਮ ਨਾ ਦਿੱਤੀ ਹੋਵੇ ਇਹਨੂੰ ਬੰਦ ਕਰ ਜਲਦੀ ਕਰ ਲਾ ਬਿੱਲੀਆਂ ਨੂੰ ਨੰਬਰ ਵੀ ਲਾਣੇ ਆ। ਬਿੱਲੀਆਂ ਤੇਰੀ ਮਾਸੀ ਦੀਆਂ ਕੁੜੀਆਂ ਨੰਬਰ ਲਾਉਣੇ ਆ ਜਾਂਦ ਵਾ ਹੋ ਜਾ ਨਹੀਂ ਲਾਉਂਦੇ ਅਸੀਂ ਸਵਾ ਸਵਾ ਆ ਗਿਆ ਕੈਸਾ ਗਾਹਕ ਆਇਆ ਸ਼ਾਨ ਤੇ ਖੋਤੇ ਨੂੰ ਨੰਬਰ ਲਵਾਉਂਦੇ ਆ ਸ਼ਰੀਕੇ ਨੂੰ ਚਾਹੇ ਰੋਟੀ ਨਾ ਦਿੱਤੀ ਹੋਵੇ ਨੰਬਰ ਲਵਾਉਣ ਤੁਰ ਪਿਆ ਸ਼ਾਨ ਸ਼ਫਕਤ ਚੀਮਾ ਬੁਲਾ ਰਿਹਾ ਈ ਓਏ ਆ ਜਾ ਤੇਰਾ ਫੁੱਫਾ ਵਾ